ਹਾਲਾਤ ਬਹੁਤ ਮੰਦੇ ਹੋ ਚੁੱਕੇ ਆ। ਇਹਨਾਂ ਦਾ ਇੱਕੋ ਇੱਕ ਲੜਕਾ ਜੋ ਕਿ ਉਸਦਾ ਕਿਸੇ ਨੇ ਐਕਸੀਡੈਂਟ ਕਰ ਦਿੱਤਾ, ਜੋ ਅੱਜ ਲੁਧਿਆਣੇ ਵਿੱਚ ਦਾਖਲ ਹੈ। ਡਾਕਟਰ 15 ਲੱਖ ਮੰਗ ਰਹੇ ਹੈਗੇ, ਘਰ ਦੇ ਵਿੱਚ ਇੱਕ ਵੀ ਪੈਸਾ ਨਹੀਂ ਉਸ ਬੱਚੇ ਦਾ ਇਲਾਜ ਕਰਾਉਣ ਵਾਸਤੇ। ਇਹ ਮੇਰੇ ਮਾਤਾ ਜੀ ਬੈਠੇ ਨੇ, ਇਹਨਾਂ ਦਾ ਬੇਟਾ ਅਤੇ ਉਸ ਲੜਕੇ ਦਾ ਪਿਤਾ ਵੀ ਸਿਰ 'ਤੇ ਨਹੀਂ ਹੈ। ਇੱਕ ਮੇਰੀ ਭੈਣ ਛੋਟੀ ਪਰਿਵਾਰ ਦੇ ਵਿੱਚ ਜਾਂ ਤਾਂ ਉਹ ਹੈ ਜਾਂ ਮਾਤਾ ਜੀ, ਇਹ ਇਕੱਲੇ ਰਹਿ ਗਏ ਨੇ। ਪਿੰਡ ਕੋਟ ਭਾਈ ਨਾਨਕ 13-13 ਸੁਸਾਇਟੀ ਦੇ ਵੱਲੋਂ ਜੋ ਸਹਿਯੋਗ ਲੈ ਕੇ ਆਇਆ, ਨਗਰ ਦੇ ਸਹਿਯੋਗ ਦੇ ਨਾਲ, ਸਹਿਯੋਗੀ ਸੱਜਣਾਂ ਦੇ ਸਹਿਯੋਗ ਦੇ ਨਾਲ, ਜੋ ਮੇਰੇ ਕੋਲ 300 ਸੇਵਾ ਹੈ ਉਹ ਮੈਂ ਮਾਤਾ ਜੀ ਨੂੰ ਇਹ ਸੇਵਾ ਦੇਣ ਜਾ ਰਿਹਾ ਹਾਂ। ਇੱਕ ਮੈਂ ਸੰਗਤ ਨੂੰ ਬੇਨਤੀ ਕਰਦਾ ਹੈਗਾ, ਘਰ ਦੇ ਹਾਲਾਤ ਤੁਸੀਂ ਵੀਡੀਓ ਵਿੱਚ ਦੇਖ ਹੀ ਲਏਗੇ ਜਾਂ ਦੇਖ ਹੀ ਰਹੇ ਹੋ, ਹੁਣ ਵੀ ਦੇਖ ਰਹੇ ਹੋਗੇ। ਇਹਨਾਂ ਦੀ ਆਪਾਂ ਵੱਧ ਤੋਂ ਵੱਧ ਮਦਦ ਕਰੀਏ। ਅਸੀਂ ਇਸ ਪਰਿਵਾਰ ਦਾ ਗੂਗਲ ਪੇ ਨੰਬਰ ਤੁਹਾਨੂੰ ਦੇਣ ਲੱਗੇ ਹਾਂ, ਜਾਂ ਇਹਨਾਂ ਦੇ ਪਿੰਡ ਇਹਨਾਂ ਦੇ ਘਰ ਆ ਕੇ ਖੁਦ ਜੋ ਸ਼ਰਧਾ ਸੇਵਾ ਪਾ ਕੇ ਜਾਇਓ, ਜਿੰਨਾ ਵੀ ਹੁੰਦਾ ਸ਼ਰਧਾ ਮੁਤਾਬਕ ਉਸ ਵੀਰ ਦੀ ਜਾਨ ਬਚ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।